6 ਜੂਨ 1984 ਨੂੰ ਲੈ ਕੇ ਘੱਲੂਘਾਰੇ ਨੂੰ ਲੈ ਕੇ ਪਾਠ ਦੇ ਭੋਗ ਜਿਹੜੇ 6 ਤਰੀਕ ਨੂੰ 6 ਜੂਨ ਨੂੰ ਪੈਣੇ ਆ ਤਾਂ ਉੱਥੇ ਸਮੂਹ ਜੋ ਜਥੇਬੰਦੀਆਂ ਜੋ ਆ ਇਕੱਠੀਆਂ ਹੋਣਗੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਤਾਂ ਉਹਨਾਂ ਦੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਾਹਰ ਜਿਹੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਫੋਰਸ ਹੈ ਉਹ ਲਗਾ ਦਿੱਤੀ ਗਈ ਆ, ਤਾਂ ਵੱਖ ਵੱਖ ਫੋਰਸਾਂ ਜਿਹੜੀਆਂ ਸ਼ਹਿਰ ਤੋਂ ਵੀ ਬੁਲਾਈਆਂ ਗਈਆਂ ਨੇ, ਤਾਂ ਜਿਹੜੇ ADSP ਸਾਹਿਬ ਹੈਗੇ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਡਿਊਟੀ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰ ਲਈਏ ਤਾਂ 1200 ਦੇ ਕਰੀਬ ਜਿਹੜੀ ਫੋਰਸ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਾਹਰ ਲਗਾ ਦਿੱਤੀ ਗਈ ਹੈ। ਹਾਲਾਂਕਿ ਪਹਿਲਾਂ ਜੇ ਫੋਰਸ ਦੀ ਗੱਲ ਕਰੀਏ ਤਾਂ ਬਹੁਤ ਹੀ ਜੋ ਇਸ ਤੋਂ ਘੱਟ ਜਿਹੜੀ ਫੋਰਸ ਲਗਾਈ ਗਈ ਸੀ, ਪਰ ਹੁਣ ਕਿਤੇ ਨਾ ਕਿਤੇ ਫੋਰਸ ਜਿਹੜੀ ਆ ਵਧਾ ਦਿੱਤੀ ਗਈ ਆ। ਫੋਰਸ 1200 ਦੇ ਕਰੀਬ ਜਿਹੜੀ ਫੋਰਸ ਹੈ ਉਹ ਇੱਥੇ ਲਗਾ ਦਿੱਤੀ ਗਈ ਹੈ, ਤਾਂ ਕੁਛ ਫੋਰਸ ਇਹ ਵੀ ਇੱਥੇ ਤੈਨਾਤ ਹੈਗੀ। ਤੁਸੀਂ ਵੇਖ ਸਕਦੇ ਹੋ ਜਿਹੜੇ ਵੀ ਆ ਜਵਾਨ ਇੱਥੇ ਦਿਖਾਈ ਦੇ ਰਹੇ ਨੇ ਤੁਹਾਨੂੰ, ਤਾਂ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਾਂ ਉੱਥੇ ਹੀ ਪਰਿਕਰਮਾ ਦੀ ਗੱਲ ਕਰ ਲਈਏ ਜਾਂ ਬਾਹਰ ਦੀ ਵੀ ਗੱਲ ਕਰ ਲਈਏ ਤਾਂ ਵੱਖ ਵੱਖ ਜਗ੍ਹਾਵਾਂ ਦੇ ਉੱਤੇ ਜਿਹੜਾ ਇਹਨਾਂ ਨੂੰ ਤੈਨਾਤ ਕੀਤਾ ਜਾਣਾ ਹੈਗਾ ਕਿ ਕੋਈ ਵੀ ਅਗਰ ਕੋਈ ਸ਼ਰਾਰਤੀ ਅੰਸਰ ਹੈ ਜਾਂ ਕੋਈ ਵੀ ਅਗਰ ਸ਼ਰਾਰਤ ਕਰਨਾ ਚਾਹੁੰਦਾ ਤਾਂ ਉਸ 'ਤੇ ਜਿਹੜੀ ਆ ਨਿਗਰਾਨੀ ਬਣਾਈ ਰੱਖਣ। ਤਾਂ ਉੱਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਜੇਕਰ 12 ਗੇਟਾਂ ਦੀ ਗੱਲ ਕਰ ਦਈਏ, 12 ਗੇਟਾਂ ਦੇ ਉੱਤੇ ਜਿਹੜੀ ਫੋਰਸ ਹੈ CRPF ਹੈ ਉਹ ਵੀ ਨਾਲ ਦੀ ਨਾਲ ਤੈਨਾਤ ਕੀਤੀ ਗਈ ਆ। ਤਾਂ ਜੋ ਕਿ ਸ਼ਹਿਰ ਦੇ ਜਿਹੜੇ ਅੰਦਰ ਬਾਹਰਲੇ ਜਿਹੜੇ ਨਾਕੇ ਹੈਗੇ ਆ, ਇੰਟਰਸਿਟੀ ਆਊਟਰ ਸਿਟੀ ਪੁਆਇੰਟ ਜਿਹੜੇ ਹੈਗੇ ਆ, ਉੱਥੇ ਵੀ ਨਾਕੇ ਵਧਾ ਦਿੱਤੇ ਗਏ ਨੇ। ਤਾਂ ਫੋਰਸ ਨੂੰ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਰੱਖੀ ਗਈ ਆ ਕਿ ਅਗਰ ਕੋਈ ਵੀ ਸ਼ੱਕੀ ਜੋ ਇਨਸਾਨ ਲੱਗਦਾ ਤਾਂ ਉਸਨੂੰ ਉਸੇ ਵਕਲੇ ਰਾਉਂਡਅਪ ਕਰਕੇ ਉਸ ਦੇ ਉੱਤੇ ਜਿਹੜੀ ਆ ਕਾਰਵਾਈ ਕਰ ਦਿੱਤੀ ਜਾਵੇ, ਪੁੱਛਗਿੱਛ ਕੀਤੀ ਜਾਵੇ। ਤਾਂ ਇਹ ਚੀਜ਼ ਦੇ ਜਿਹੜੇ ਸਖ਼ਤ ਆਰਡਰ ਇਸ ਵਾਰ ਦਿੱਤੇ ਗਏ ਨੇ। ਤਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ, ਜਿੰਨੇ ਵੀ SHOs DSP ਇੱਥੇ ਮੌਜੂਦ ਹੈਗੇ ਨੇ, ਸਿਵਲ ਦੇ ਵਿੱਚ ਹੈਗੇ ਨੇ, ਜਿੰਨੇ ਵੀ ਅਫਸਰ ਹੈਗੇ ਨੇ, ਤਾਂ ਇਹਨਾਂ ਵੱਲੋਂ ਹੁਣ ਸਾਰੀ ਫੋਰਸ ਨੂੰ ਇੱਥੇ ਇਕੱਠਾ ਕਰਕੇ ਜਾਂ ਫੋਰਸ ਕੋਲੋਂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਡਿਊਟੀਆਂ ਲਗਾਉਣਗੇ, ਤਾਂ ਕਹਿ ਸਕਦੇ ਹਾਂ ਕਿ ਪੂਰੀ ਛਾਉਣੀ ਦੇ ਵਿੱਚ ਹੁਣ ਜੋ ਗੁਰੂ ਘਰ ਦੇ ਬਾਹਰ ਦਾ ਜਿਹੜਾ ਗਲਿਆਰਾ ਉਹ ਕਨਵਰਟ ਕਰ ਦਿੱਤਾ ਗਿਆ। ਪੁਲਿਸ ਹੀ ਪੁਲਿਸ ਹੈ, ਜਿੱਥੇ ਨਿਗਾਹ ਮਾਰ ਲਓ ਉੱਥੇ ਪੁਲਿਸ ਦੀਆਂ ਗੱਡੀਆਂ, ਪੁਲਿਸ CRPF ਤਾਂ ਮੁਲਾਜ਼ਮ ਹੀ ਮੁਲਾਜ਼ਮ ਇਸ ਵਕਤ ਗੁਰੂ ਘਰ ਦੇ ਬਾਹਰ ਤੈਨਾਤ ਕਰ ਦਿੱਤਾ ਗਿਆ। ਜਿੱਥੇ ਕਿ ਜੈਂਟਸ ਮੁਲਾਜ਼ਮ ਆ, ਉੱਥੇ ਲੇਡੀਜ਼ ਮੁਲਾਜ਼ਮ ਵੀ ਜਿਹੜੀ ਆ ਇੱਥੇ ਤੈਨਾਤ ਕੀਤੀ ਗਈ, ਵੱਡੇ ਪੱਧਰ ਦੇ ਉੱਤੇ ਤੈਨਾਤੀ ਜੋ ਲੇਡੀਜ਼ ਮੁਲਾਜ਼ਮ ਦੀ ਵੀ ਕੀਤੀ ਗਈ ਆ। ਤਾਂ ਕਹਿ ਸਕਦੇ ਹਾਂ ਕਿ ਕਾਫੀ ਸਖ਼ਤ ਨਿਗਰਾਨੀ ਜੋ ਇਸ ਵਾਰ ਪੁਲਿਸ ਵੱਲੋਂ ਰੱਖੀ ਜਾਣੀ ਆ। CIA ਤੋਂ ਵੀ, ਸਟਾਫ ਤੋਂ ਵੀ ਜੋ ਮੁਲਾਜ਼ਮ ਬੁਲਾਏ ਨੇ, ਤਾਂ ਉੱਥੇ ਹੀ ਜਿਹੜੇ ਲਿਸਟਾਂ ਦੇ ਮੁਤਾਬਕ ਜਿਹੜੀਆਂ ਡਿਊਟੀਆਂ ਇੱਥੇ ਤੈਨਾਤ ਕਰਨ ਨੂੰ ਉਹਨਾਂ ਵੱਲੋਂ ਲਗਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਜਿੱਦਾਂ ਕਿ ਅਸੀਂ ਪਹਿਲਾਂ ਵੀ ਸਾਂਝੀ ਕੀਤੀ ਸੀਗੀ, ਤਾਂ ਉਸੇ ਤਰੀਕੇ ਨਾਲ ਹੁਣ ਵੀ ਇਸ ਵਾਰ ਜੋ ਆ ਹੁਣ ਕੀ ਹੈ ਕਿ ਮੁਲਾਜ਼ਮ ਵਧਾ ਦਿੱਤੇ ਗਏ ਨੇ, ਪੰਜਾਬ ਪੁਲਿਸ ਦੀ ਫੋਰਸ ਵਧਾ ਦਿੱਤੀ ਗਈ ਆ, CRPF ਜਾਂ ਵੱਖਰੀ ਆ ਹੋਰ ਵੀ ਕੰਪਨੀਆਂ ਜਿਹੜੀਆਂ ਨੇ ਉਹ ਬੁਲਾ ਲਈ ਚਾਹੀਦੀਆਂ ਨੇ। ਤੇ ਨਾਲ ਦੀ ਨਾਲ ਜਿਹੜੇ ਨਾਲ ਲੱਗਦੇ ਬਾਜ਼ਾਰ ਹੈਗੇ ਨੇ, ਬਾਜ਼ਾਰ ਵੀ ਖਾਲੀ ਕਰਾ ਦਿੱਤੇ ਗਏ ਨੇ, ਬਾਜ਼ਾਰ ਜਿਹੜੇ ਪੂਰਨ ਤੌਰ ਤੇ ਖਾਲੀ ਕਰਾ ਦਿੱਤੇ ਗਏ ਨੇ, ਕਿਉਂਕਿ ਜਥੇਬੰਦੀਆਂ ਬੜੇ ਵੱਡੇ ਪੱਧਰ ਤੇ ਆਣੀਆਂ ਹੁੰਦੀਆਂ ਨੇ 6 ਜੂਨ ਨੂੰ, ਤਾਂ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਾ ਹੋ ਸਕੇ, ਤਾਂ ਲਾਂਘੇ ਦੇ ਵਿੱਚ ਕੋਈ ਦਿੱਕਤ ਨਾ ਆਵੇ। ਤਾਂ ਜਿੰਨਾ ਵੀ ਜੋ ਘੰਟਾ ਘਰ ਵਾਲੇ ਗੇਟ ਤੋਂ ਲੈ ਕੇ ਸਰਾਵਾਂ ਵਾਲੇ ਗੇਟ ਤੱਕ ਜਿਹੜਾ ਬਾਜ਼ਾਰ ਆ ਉਹ ਬਿਲਕੁਲ ਹੀ ਪੂਰਨ ਤੌਰ ਤੇ ਖਾਲੀ ਕਰਾ ਦਿੱਤਾ ਗਿਆ। ਤਾਂ ਕੱਲੀ ਕੱਲੀ ਅਪਡੇਟ ਜੋ ਘੱਲੂਘਾਰੇ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਬਣੇ ਰਹੋ ਜਗਬਾਣੀ TV ਦੇ ਨਾਲ, ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਰ ਸੁਨਕ, ਜਗਬਾਣੀ TV, ਸ਼੍ਰੀ ਅੰਮ੍ਰਿਤਸਰ ਸਾਹਿਬ।